मैं एक गाथा पढ़ी थी। एक बुजुर्ग पिता बिस्तरे मर्ग ते दम तोड़ रहा सी। अपने बच्चों नूं उसने एक संदूक दिता, बक्सा दिता लोहे का, और उन्हों तीन ताले लगे, चाबियां भी दित्तियां। ते आख्या, मेरे बच्चियो इनू संभाल के रखना मेरे जीवन भर दी मेहनत है, मेरे जीवन भर दी तपस्या है, मेरे जीवन भर दा खून पसीना है, इनू संभाल के रखना। बच्चिया ने सुन लिया, पिता इंज कहिंदा है, और पिता दी दित्ती हुई कीमती निशानी है। ਬੱਚਿਆਂ ਨੇ ਕੀ ਕੀਤਾ, ਉਸ ਬਕਸੇ ਨੂੰ ਤਖ਼ਸ਼ ਪੋਸ਼ ਤੇ ਰੱਖਿਆ, ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾਏ। ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ, ਰੋਜ਼ ਮੱਥਾ ਵੀ ਟੇਕਦੇ ਨੇ, ਪਿਓ ਦਾ ਰੂਪ ਜਾਣ ਕੇ। ਪਿਤਾ ਦੀ ਦੇਣ ਹੈ। ਸਮੇਂ ਦੀ ਗਰਦਿਸ਼, ਵਕਤ ਦੀ ਗਰਦਿਸ਼, ਮੁਫਲਿਸ ਹੋ ਗਏ, ਗਰੀਬ ਹੋ ਗਏ, ਵਪਾਰ ਵਿੱਚ ਐਸੇ ਘਾਟੇ ਪੈ ਗਏ, ਕੋਲ ਕੁਛ ਵੀ ਨਾ ਰਹੇ। ਹਾਲਾਤ ਐਸੇ ਆ ਗਏ, ਦੋ ਵਕਤ ਦੀ ਰੋਟੀ ਚਲਾਉਣੀ ਵੀ ਔਖੀ ਹੋ ਗਈ। ਅੱਜ ਇੱਕ ਸੰਤ ਆਇਆ, ਉਹਨੇ ਦੁਆਰ 'ਤੇ ਦਸਤਕ ਦਿੱਤੀ। ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲਿਆ, ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ। ਉਹ ਦੋਵੇਂ ਕਹਿਣ ਲੱਗੇ, ਸੰਤ ਜੀ, ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ, ਤੁਹਾਡੇ ਖੱਪਰ ਵਿੱਚ ਕੀ ਪਾਈਏ, ਤੁਹਾਨੂੰ ਕੀ ਦੇਈਏ। ਫਕੀਰ ਕਹਿਣ ਲੱਗਾ, ਮੈਂ ਇਸ ਖੱਪਰ ਵਿੱਚ ਕੁਝ ਤੁਹਾਨੂੰ ਦੇਣ ਵਾਸਤੇ ਆਇਆ। ਆਪਦੀ ਗਿਆਤ ਲਈ ਅਰਜ਼ ਕਰਾਂ, ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ, ਕਈਆਂ ਦਾ ਦੇਣਾ ਦੇਣਾ ਨਹੀਂ ਆਉਂਦਾ, ਲੈਣਾ ਆਉਂਦਾ, ਕਈਆਂ ਦਾ ਲੈਣਾ ਲੈਣਾ ਨਹੀਂ ਆਉਂਦਾ, ਦੇਣਾ ਆਉਂਦਾ। ਅਗਲੇ ਨੂੰ ਚੋਟ ਕਰਨੀ ਹੋਵੇ, ਹੱਸ ਕੇ ਵੀ ਚੋਟ ਕੀਤੀ ਜਾ ਸਕਦੀ ਹੈ, ਰੋ ਕੇ ਵੀ ਚੋਟ ਕੀਤੀ ਜਾ ਸਕਦੀ। ਅਗਲੇ ਨੂੰ ਮਾਰਨਾ ਹੋਵੇ, ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ, ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ। ਗੱਲ ਸਾਰੀ ਨੀਅਤ ਦੀ ਆਉਂਦੀ, ਭਾਵਨਾ ਦੀ ਆਉਂਦੀ। ਉਹ ਸੰਤ ਕਹਿਣ ਲੱਗਾ, ਮੈਂ ਕੁਝ ਦੇਣ ਆਇਆ। ਦੋਵੇਂ ਕਹਿਣ ਲੱਗੇ, ਸੰਤ ਜੀ, ਤੁਹਾਡੇ ਖੱਪਰ ਦੇ 'ਚ ਕੁਝ ਦਿਖਾਈ ਤਾਂ ਦਿੰਦਾ ਨਹੀਂ, ਕੀ ਹੈ? ਸੰਦੇਸ਼ਾ ਹੈ, ਸੰਦੇਸ਼ਾ ਦੇਣ ਆਇਆ। ਕੀ? ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ। ਹਾਂ, ਦਿੱਤਾ ਹੈ। ਅਸੀਂ ਸਜਾ ਕੇ ਰੱਖਿਆ, ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਧੂਪ ਦੀਪ ਕਰਦੇ ਹਾਂ, ਪਿਤਾ ਦੀ ਨਿਸ਼ਾਨੀ ਹੈ। ਕਦੀ ਖੋਲਿਆ ਉਸਨੂੰ? ਕਹਿਣ ਲੱਗੇ, ਖੋਲਿਆ ਤੇ ਨਹੀਂ, ਬਸ ਮੈਂ ਤੁਹਾਨੂੰ ਇਹੀ ਸੰਦੇਸ਼ਾ ਦੇਣ ਆਇਆ, ਅੱਜ ਖੋਲ ਕੇ ਦੇਖ ਲੈਣਾ। ਚਾਬੀਆਂ ਕੋਲ ਸਨ, ਖੋਲਿਆ, ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ।
ਇਤਨਾ ਧਨ ਹੁੰਦੇ ਹੋਇਆ ਮੁਫਲਸੀ ਦੇ ਚ ਦਿਨ, ਗਰੀਬੀ ਦੇ ਚ ਦਿਨ ਇੰਨਾ ਧਨ ਹੁੰਦੇ ਹੋਇਆ। ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ, ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸ਼ਤੇ ਖਾ ਕੇ ਸਹਿਰਾ ਨੇ, ਕਿਸੀ ਕੋ ਕਿਆ ਖਬਰ ਹੈ ਕੌਣ ਹੂੰ ਮੈਂ ਕਿਸ ਕੀ ਦੌਲਤ ਹੂੰ। ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਚ ਦਫਨ ਆ। ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਏ। ਕੋਈ ਖੋਲੇ ਤੇ ਖੇਡ ਜੋ ਹੈ ਬਣੇ। ਤੋ ਮਹਿਰਜ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਿਆਨ ਦਾ ਖਜ਼ਾਨਾ ਨੇ, ਨਾਮ ਦਾ ਖਜ਼ਾਨਾ ਨੇ, ਦੈਵੀ ਗੁਣਾਂ ਦਾ ਖਜ਼ਾਨਾ ਹੈ, ਅੰਮ੍ਰਿਤ ਦਾ ਸਾਗਰ ਹੈ, ਸੁੱਖਾਂ ਦਾ ਸਾਗਰ ਹੈ, ਖੋਲਣਾ ਪਏਗਾ ਬਸ। ਇਹੋ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ ਹੈ, ਸਾਨੂੰ ਦਿੱਤਾ ਹੋਇਆ। ਬੜੀ ਅਗੰਮੀ ਸੌਗਾਤ ਹੈ ਇਹਦੇ ਵਿੱਚ, ਬਸ਼ਰਤੇ ਕੋਈ ਖੋਲੇ। ਨੁਕਤਾ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਂ ਅਰਜ਼ ਕਰਾਂ। ਜਦ ਸ਼ਬਦ ਤੋਂ ਸੰਸਾਰ ਆਇਆ ਤੋ ਸ਼ਬਦ ਸੰਸਾਰ ਵਿੱਚ ਮੌਜੂਦ ਹੈ। ਜੈਸੇ ਮਾਂ ਬਾਪ ਤੋਂ ਇਹ ਸਰੀਰ ਆਇਆ ਤੋ ਸਰੀਰ ਵਿੱਚ ਮਾਂ ਬਾਪ ਦੀ ਅੰਸ ਮੌਜੂਦ ਹੈ। ਇਹਨੂੰ ਗੁਰੂ ਨਾਨਕ ਇੰਜ ਬਿਆਨ ਕਰਦੇ ਨੇ ਰਾਮਕੱਲੀ ਮੱਲਾ ਪਹਿਲਾ, ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਆਂ ਇਹਨੂੰ ਵੀ ਸਮਝੋ, ਹਰ ਪੁਰਸ਼ ਦੇ ਅੰਦਰ ਨਾਰੀ ਹੈ, ਹਰ ਨਾਰੀ ਦੇ ਅੰਦਰ ਪੁਰਸ਼ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਮੌਜੂਦ ਹੈ। ਪੁਰਸ਼ ਇਸ ਵਾਸਤੇ ਪੁਰਸ਼ ਹੈ, ਇਹਦੇ ਚ ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਥੋੜੀ ਅਧੂਰੀ ਹੈ। ਇੱਕ ਦੋ ਮਾਤਰਾ ਦਾ ਭੇਦ ਹੈ, ਜ਼ਿਆਦਾ ਭੇਦ ਨਹੀਂ ਹੈ, ਵੀ ਮੈਰਜ ਕਰਦੇ ਹਾਂ ਬਿਲਕੁਲ ਜਨਚਕ ਮਾਤਰ। ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ, ਇਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਤਾ ਦੀ ਅਧੂਰੀ ਹੈ। ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ, ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ, ਇਸ ਵਾਸਤੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ, ਪੁਰਸ਼ ਤੇ ਉਹ ਹੈ, ਇਸਤਰੀ ਦੀ ਕਸ਼ਿਸ਼ ਹੈ। ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ, ਬਲਕਿ ਇਸਤਰੀ ਦੀ ਕਈ ਦਫ਼ਾ ਨਿਕਟਵਰਤੀ ਇਸਤਰੀਆਂ ਨਾਲ ਈਰਖਾ ਹੁੰਦੀ ਹੈ। ਇਸਤਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ, ਇਸਤਰੀ ਤੇ ਉਹ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤ ਭਾਈ। ਬਾਲ ਕੰਨਿਆ, ਛੋਟੀ ਜਿਹੀ ਕੰਨਿਆ, ਪਿਓ ਦੇ ਆਲੇ ਦੁਆਲੇ ਘੁੰਮਦੀ ਹੈ, ਪਰਿਕਰਮਾ ਕਰਦੀ ਹੈ, ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਹੈ, ਖੁੜ ਖਿੜ ਜਾਂਦੀ ਹੈ। ਮਾਂ ਦੀ ਇਤਨੀ ਪਰਿਕਰਮਾ ਕਿਉਂ ਨਹੀਂ ਕਰਦੀ, ਮਾਂ ਜੈਸੀ ਤੇ ਹੈ ਹੀ ਹੈ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ, ਕਸ਼ਿਸ਼ ਪਿਤਾ ਦੀ। ਔਰ ਯਕੀਨ ਜਾਣੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ, ਮਾਂ ਦੀ ਹੈ। ਮੈਨੂੰ ਬੈਕਰਸਫੀਲਡ ਅਮੈਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿਤਨੇ ਕੇਸ ਅਦਾਲਤਾਂ ਚੱਲਦੇ ਨੇ, ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ
ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਮਾਂ ਨਾਲ ਜਾਣਾ ਕਿ ਪਿਓ ਨਾਲ। ਕਹਿੰਦੇ 90% ਇਸ ਤਰ੍ਹਾਂ ਹੋਇਆ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ, ਪੁੱਤਰ ਮਾਂ ਨੂੰ ਚੁਣਦੇ। ਬਿਲਕੁਲ ਵਿਪਰੀਤ ਜਿਹੀ ਗੱਲ, ਉਲਟੀ ਜਿਹੀਆਂ ਗੱਲ ਹੋ ਜਾਂਦੀ ਹੈ। ਇਹ ਪੇਪਰਾਂ 'ਚ ਵੀ ਆਇਆ ਅਤੇ ਕਰੀਬਨ ਕੈਲੀਫੋਰਨੀਆ ਦੇ 87% ਸ਼ਾਦੀਆਂ 'ਤੇ ਤਲਾਕ ਹੋ ਜਾਂਦੀਆਂ, ਨਹੀਂ ਨਿਭਦੀਆਂ, ਟੁੱਟ ਜਾਂਦੀਆਂ। ਮਹਾਰਾਜ ਐਸਾ ਕਹਿੰਦੇ ਨੇ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਾਂ ਬਾਪ ਤੋਂ ਸਰੀਰ ਆਇਆ, ਮਾਂ ਬਾਪ ਦੀ ਅੰਸ ਸਰੀਰ ਦੇ 'ਚ ਮੌਜੂਦ ਹੈ, ਮਨ ਦੇ 'ਚ ਵੀ ਮੌਜੂਦ ਹੈ। ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ, ਗਿਆਨ ਤਰਕ ਵਿਚਾਰ ਪੁਰਸ਼ ਹੈ। ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ, ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ, ਪਰ ਦੋਵੇਂ ਅਧੂਰੇ ਨੇ। ਕਹਿੰਦੇ ਨੇ ਭਾਵਨਾ ਤੋਂ ਬਿਨਾਂ ਗਿਆਨ ਲੰਗੜਾ ਹੈ, ਇਹਦੇ ਚੱਲਣ ਦੀ ਤੌਫੀਕ ਨਹੀਂ ਆਉਂਦੀ। ਬੜੇ ਬੜੇ ਗਿਆਨੀ ਰਹਿ ਜਾਂਦੇ ਨੇ, ਕੁਛ ਵੀ ਨਹੀਂ ਕਰਦੇ। ਔਰ ਗਿਆਨ ਤੋਂ ਬਿਨਾਂ ਭਾਵਨਾ ਸ਼ਰਧਾ ਅੰਧੀ ਹੈ, ਭਟਕੇਗੀ ਭਟਕੇਗੀ। ਜਦ ਮੈਂ ਹਾਈ ਸਕੂਲ ਦੇ 'ਚ ਪੜ੍ਹਦਾ ਸੀ, ਇੱਕ ਕਹਾਣੀ, ਉਦੋਂ ਮੁਤਾਲਾ ਕੁਦਰਤ ਨਾਮੇ ਕਿਤਾਬ ਜੋ ਹੈ ਪੜ੍ਹਾਈ ਜਾਂਦੀ ਸੀ ਉਸ ਜ਼ਮਾਨੇ 'ਚ, ਉਹਦੇ 'ਚ ਸੀ, ਅਜੇ ਤੱਕ ਮੈਨੂੰ ਯਾਦ ਹੈ। ਪਿੰਡ ਨੂੰ ਅੱਗ ਲੱਗੀ ਬੜੀ ਜ਼ੋਰ ਦੀ, ਅਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ 'ਚ ਲੈ ਲਿਆ। ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ, ਪਿੰਡ ਛੋੜ ਕੇ ਬਾਹਰ ਆ ਗਏ। ਆਹਮਣੇ ਸਾਹਮਣੇ ਮਕਾਨਾਂ ਦੇ 'ਚ ਦੋ ਬੰਦੇ ਰਹਿ ਗਏ, ਇੱਕ ਅੰਧਾ ਇੱਕ ਲੰਗੜਾ। ਇੱਕ ਦੇ ਦੋਵੇਂ ਪੈਰ ਨਹੀਂ ਸਨ, ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ। ਲੰਗੜੇ ਨੇ ਆਵਾਜ਼ ਮਾਰੀ ਅੰਧੇ ਨੂੰ, ਤੂੰ ਮੇਰੀ ਆਵਾਜ਼ ਦੀ ਸੀਧ 'ਤੇ ਚੱਲ ਕੇ ਆ ਜਾ, ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ, ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ, ਨਿਕਲ ਜਾਵਾਂਗੇ, ਅੱਗ 'ਚੋਂ ਨਿਕਲ ਜਾਵਾਂਗੇ। ਹੈਗੀ ਤਾਂ ਕਹਾਣੀ, ਪਰ ਬਹੁਤ ਵੱਡੀ ਇਹਦੀ ਸੱਚਾਈ ਹੈ। ਅੰਧਾ ਆ ਗਿਆ, ਲੰਗੜਾ ਉਸਦੀ ਪਿੱਠ 'ਤੇ ਬੈਠ ਗਿਆ, ਉਹ ਰਸਤਾ ਦੱਸਦਾ ਗਿਆ, ਉਹਦੇ ਪੈਰ ਚੱਲਦੇ ਗਏ, ਦੋਵੇਂ ਅੱਗ 'ਚੋਂ ਨਿਕਲ ਗਏ। ਇਕੱਲੀ ਸ਼ਰਧਾ ਭਟਕੇਗੀ, ਇਹ ਤ੍ਰਿਸ਼ਨਾ ਦੀ ਅੱਗ ਤੋਂ ਨਹੀਂ ਨਿਕਲ ਸਕਦੀ, ਵਿਕਾਰਾਂ ਦੀ ਅੱਗ ਤੋਂ ਨਹੀਂ ਨਿਕਲ ਸਕਦੀ, ਭਟਕੇਗੀ ਭਟਕੇਗੀ। ਇਕੱਲਾ ਗਿਆਨ 'ਤੇ ਚੱਲਦਾ ਹੀ ਨੇ, ਇਕੱਲਾ ਤਰਕ 'ਤੇ ਚੱਲਦਾ ਹੀ ਨੇ, ਉਹਦੇ ਕੋਲ ਤਾਂ ਪੈਰ ਹੀ ਕੋਈ ਨਹੀਂ। ਬੜੇ ਬੜੇ ਗਿਆਨੀ ਰਹਿ ਜਾਂਦੇ ਨੇ, ਕੁਛ ਵੀ ਨਹੀਂ ਆਉਂਦਾ ਉਹਨਾਂ ਦੀ ਜ਼ਿੰਦਗੀ 'ਚ, ਕੁਛ ਵੀ ਨਹੀਂ ਆਉਂਦਾ। ਦੋਹਾਂ ਦਾ ਸੁਮੇਲ ਚਾਹੀਦਾ। ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਿਹਾ, ਗਿਆਨ ਨੂੰ ਪੁਰਸ਼ ਕਿਹਾ। ਨਿਜ ਭਗਤੀ ਸਿਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਔਰ ਗਿਆਨ ਨੂੰ ਰਾਹ ਆਖਿਆ, ਗਿਆਨ ਰਾਹ ਜਬ ਸੇਜੇ ਆ, ਉਹਨੂੰ ਪੁਰਸ਼ ਕਿਹਾ, ਭਗਤੀ ਨੂੰ ਇਸਤਰੀ ਕਿਹਾ। ਜਿੱਥੇ ਸਰੀਰ ਦੇ 'ਚ ਮਾਂ ਬਾਪ ਦੀ ਅੰਸ ਮੌਜੂਦ ਹੈ, ਮਨ ਦੇ 'ਚ ਵੀ ਹੈ। ਸਰੀਰ ਦੀ ਇਹ ਜਿਹੜੀ ਕਸ਼ਿਸ਼ ਹੈ, ਮਨੁੱਖ ਬਾਹਰੋਂ ਪੂਰੀ ਕਰਦਾ ਹੈ,
ਵਿਆਹ ਕਰਕੇ ਬਾਹਰੋਂ ਇਸਤਰੀ ਲਿਆਇਆ, ਇਸਤਰੀ ਬਾਹਰੋਂ ਪੁਰਸ਼ ਲਿਆਈਏ, ਇਸਤਰੀ ਪੁਰਸ਼ ਦਾ ਸੰਯੋਗ, ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਅਤੇ ਗਿਆਨ ਨੂੰ ਭਗਤੀ ਨਹੀਂ ਮਿਲੀ, ਭਾਵੇਂ ਬਾਹਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹਿਣਗੇ, ਦੁਖੀ ਰਹਿਣਗੇ, ਬੇਜ਼ਾਰ ਰਹਿਣਗੇ, ਪਰੇਸ਼ਾਨ ਰਹਿਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤੱਤਮਈ ਗੱਲ ਸਾਡੇ ਸਾਹਮਣੇ ਖੁੱਲ੍ਹਦੇ ਨੇ। ਪੁਰਖ ਮੇ ਨਾਰ, ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ। ਸ਼ਬਦ ਤੋਂ ਸੰਸਾਰ ਆਇਆ, ਸੰਸਾਰ ਦੇ ਸ਼ਬਦ ਮੌਜੂਦ ਹੈ, ਅਸੀਂ ਸ਼ਬਦ ਦੇ ਜੀ ਰਹੇ ਹਾਂ, ਅਸੀਂ ਪ੍ਰਕਾਸ਼ ਦੇ ਚ ਜੀ ਰਹੇ ਹਾਂ, ਪਰਮਾਤਮਾ ਦੇ ਚ ਜੀ ਰਹੇ ਹਾਂ, ਸ਼ਬਦ ਦੇ ਜੀ ਰਹੇ ਹਾਂ। ਸਾਡੇ ਅੰਦਰ ਪਰਮਾਤਮਾ ਹੈ ਅਤੇ ਸਾਡੇ ਅੰਦਰ ਸ਼ਬਦ ਹੈ। ਘਟ ਘਟ ਵਾਜੇ ਨਾਲ ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਲ। ਉਹ ਨਾਦ ਘਟ ਘਟ ਦੇ ਚ, ਉਹ ਪ੍ਰਕਾਸ਼ ਘਟ ਘਟ ਦੇ ਚ, ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਹੈ, ਪਾਣੀ ਦੇ ਚ ਹੈ, ਸਾਡਾ ਸਾਰਾ ਜੀਵਨ ਜਨਮ ਜੀਵਨ ਅਤੇ ਮਰਨ ਸ਼ਬਦ ਦੇ ਚ ਹੈ, ਪਰਮਾਤਮਾ ਦੇ ਚ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ, ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ। ਲੇਕਿਨ ਫਿਰ ਵੀ ਅੰਤਰਾ ਕੀ ਹੈ? ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ, ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ, ਦਰ ਹੈ। ਅਸੀਂ ਇਸ ਵਾਸਤੇ ਕਹਿੰਦੇ ਹਾਂ ਗੁਰੂ ਦੁਆਰਾ, ਗੁਰੂ ਤੇ ਦਰਵਾਜ਼ਾ ਹੈ, ਦੁਆਰ ਹੈ, ਦਰਵਾਜ਼ਾ ਹੈ। ਦਰਵਾਜ਼ਾ ਬੈਠਣ ਵਾਸਤੇ ਨਹੀਂ ਆਉਂਦਾ, ਦਰਵਾਜ਼ਾ ਸੌਣ ਵਾਸਤੇ ਨਹੀਂ ਆਉਂਦਾ, ਦਰਵਾਜ਼ਾ ਲੰਘਣ ਵਾਸਤੇ ਆਉਂਦਾ, ਆਉਣ ਜਾਣ ਵਾਸਤੇ ਆਉਂਦਾ। ਸ਼ਬਦ ਤੋਂ ਸੰਸਾਰ ਆਇਆ ਹੈ, ਸ਼ਬਦ ਦੇ ਰਾਹੀਂ ਵਾਪਸ ਹੋਏਗਾ। ਇਹ ਸ਼ਬਦ ਦਰਵਾਜ਼ਾ ਹੈ। ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਹਾਂ, ਇਸੇ ਸ਼ਬਦ ਨੇ ਅੰਦਰ ਪ੍ਰਵੇਸ਼ ਕਰਾਉਣਾ ਹੈ। ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਤੁਹਾਡੇ ਤੇ ਇੱਕ ਪ੍ਰਸ਼ਨ ਹੈ, ਕਿਸੇ ਦੇ ਘਰ ਜਾਣਾ ਹੋਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਦੇ ਜਾਓਗੇ? ਉੱਡ ਕੇ ਜਾਓਗੇ? ਪਹਿਲੇ ਤੇ ਦਰ ਤੇ ਜਾਓਗੇ, ਪਹਿਲੇ ਗੁਰੂ ਕੋਲ ਆਉਣਾ ਪਏਗਾ, ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ, ਤੇ ਸ਼ਬਦ ਨੇ ਚਾਨਣਾ ਕਰ ਦੇਣਾ, ਸ਼ਬਦ ਨੇ ਪ੍ਰਕਾਸ਼ ਕਰ ਦੇਣਾ। ਮਹਾਰਾਜ ਕਹਿੰਦੇ ਨੇ ਦਰ ਘਰ ਕੀ ਸੋਝ ਹੀ ਨਾ ਹੈ, ਨਾ ਬੰਦੇ ਨੂੰ ਘਰ ਦਾ ਪਤਾ ਹੈ, ਨਾ ਦਰ ਦਾ ਪਤਾ ਹੈ। ਦਰ ਸ਼ਬਦ, ਘਰ ਪਰਮਾਤਮਾ, ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ, ਘਰ ਦੇ ਨਾਲ ਜੁੜਿਆ ਹੋਇਆ ਹੈ। ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ, ਪਰਮਾਤਮਾ ਦੇ ਨਾਲ ਜੁੜਿਆ ਹੈ। ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਹੈ, ਚਾਨਣਾ ਹੋ ਜਾਏਗਾ, ਘਰ ਦੇ ਚ ਪਹੁੰਚ ਜਾਵਾਂਗੇ, ਪ੍ਰਕਾਸ਼ ਹੋ ਜਾਏਗਾ। ਉਸੇ ਪ੍ਰਕਾਸ਼ ਦੇ ਚ ਮਹਾਂ ਆਨੰਦ ਹੈ, ਮਹਾਂ ਸ਼ਕਤੀ ਹੈ, ਮਹਾਂ ਰਸ ਹੈ, ਮਹਾਂ ਖੇੜਾ ਹੈ, ਮਹਾਂ ਸਵਪਨ ਹੈ, ਔਰ ਮਨੁੱਖ ਸੰਪੂਰਨ ਹੋ ਜਾਂਦਾ। ਉਹਨੂੰ ਪੂਰਨ ਪੁਰਖ ਕਹਿੰਦੇ ਨੇ, ਜੋ ਪ੍ਰਕਾਸ਼ਮਈ ਹੋ ਜਾਏ। ਤੋ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੋ ਸ਼ਬਦ ਤੋਂ ਪਹਿਲੇ ਪਹਿਲ ਸੂਰਜ ਆਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ, ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ, ਪੱਥਰ
ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ। ਪੱਥਰ ਨੂੰ ਤੋਰਦੀ ਇਹ ਪ੍ਰਕਿਰਤੀ ਪਰਮਾਤਮਾ ਦਾ ਨਹੀਂ ਆ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੁੰਦਾ। ਪੱਥਰ ਹੀ ਬਨਸਪਤੀ ਚੌਂਕੇ ਥੋੜੀ ਜਿਹਾ ਜਾਗੀ ਹੈ ਤਾਂ ਇਹਨੂੰ ਪਿਆਸ ਵੀ ਲੱਗਦੀ ਹੈ, ਪਾਣੀ ਚਾਹੀਦਾ। ਇਹ ਕੁਮਲਾਉਂਦੀ ਵੀ ਹੈ, ਖਿੜਦੀ ਵੀ ਹੈ, ਕਿਉਂਕਿ ਜਾਗ ਗਈ ਹੈ। ਪੱਥਰ ਸੁੱਤਾ ਪਿਆ, ਨਾ ਕੁਮਲਾਉਂਦਾ ਨਾ ਖਿੜਦਾ, ਉਹਨੂੰ ਪਿਆਸ ਨਹੀਂ ਲੱਗਦੀ, ਬਨਸਪਤੀ ਨੂੰ ਲੱਗਦੀ। ਜਾਗੇ ਹੋਏ ਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਹੋਏ ਦੀਆਂ ਨਹੀਂ। ਬਨਸਪਤੀ ਨੂੰ ਪਾਣੀ ਚਾਹੀਦਾ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਨਾਮ। ਖੁਲਾਸਾ ਫਿਰ, ਲੰਬੀ ਯਾਤਰਾ ਤੋਂ ਬਾਅਦ, ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਵਿੱਚ ਪ੍ਰਗਟ ਹੋਈ ਉਹਨੂੰ ਪਸ਼ੂ ਪਕਸ਼ੀ ਕਹਿੰਦੇ ਨੇ। ਔਰ ਸਾਇੰਸ ਮਿਊਜ਼ੀਅਮ ਵਿੱਚ ਫਿਲਮ ਵਿੱਚ ਇਹੀ ਦਿਖਾਇਆ ਗਿਆ। ਮੈਂ ਤਾਂ ਦੇਖ ਦੇਖ ਕੇ ਦੰਗ ਰਹਿ ਗਿਆ। ਮੈਂ 3 ਦਫਾ ਗਿਆ ਦੇਖਣ ਵਾਸਤੇ, ਨੋਟ ਲੈਣ ਵਾਸਤੇ। ਮੈਂ ਕਿਹਾ ਹੱਦ ਹੋ ਗਈ, ਜੋ ਆਪਾਂ ਕਥਾ ਕਰਦੇ ਨੇ ਸਾਰਾ ਦਿਖਾ ਰਹੇ ਨੇ। ਪੱਥਰ ਕੈਸੇ ਸਹਿਜੇ ਸਹਿਜੇ ਖਿਰਦਾ, ਮਿੱਟੀ ਬਣਦਾ। ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ? ਹੁਣ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ, ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪਕਸ਼ੀ। ਗੁਸਤਾਖੀ ਮਾਫ, ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਹੈ ਮਨੁੱਖ, ਕਈ ਜਨਮ ਸਹਿਲ ਗਿਰ ਕਰੇ। ਪ੍ਰਕਿਰਤੀ ਸਹਿਜੇ ਸਹਿਜੇ ਪ੍ਰਗਟ ਕਰੇਗੀ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖਤਸਰ ਬਨਸਪਤੀ ਪਸ਼ੂ ਪਕਸ਼ੀਆਂ ਦੀ ਸ਼ਕਲ ਵਿੱਚ ਪ੍ਰਗਟ ਹੋਈ। ਔਰ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੋਏ। ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ, ਬਨਸਪਤੀ ਨੂੰ ਭੁੱਖ ਨਹੀਂ ਲੱਗਦੀ। ਇਸ ਵਾਸਤੇ ਗਊ ਨੂੰ ਨਿਰਾ ਪਾਣੀ ਨਹੀਂ ਚਾਹੀਦਾ, ਘਾਸ ਵੀ ਚਾਹੀਦੀ ਹੈ। ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ, ਉਹਨੂੰ ਮਾਸ ਵੀ ਚਾਹੀਦਾ, ਭੁੱਖ ਵੀ ਲੱਗਦੀ ਹੈ। ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ, ਪਿਆਸ ਦੀ ਪੂਰਤੀ ਪਾਣੀ ਨਾਲ ਹੋਵੇਗੀ। ਪਸ਼ੂਆਂ ਕੋਲ ਆਵਾਜ਼ ਵੀ ਆ ਗਈ, ਬਨਸਪਤੀ ਕੋਲ ਨਹੀਂ ਸੀ। ਆਵਾਜ਼ ਤੋਂ ਪਤਾ ਚੱਲ ਜਾਂਦਾ ਸ਼ੇਰ ਹੈ, ਇਹ ਗਊ ਹੈ, ਇਹ ਘੋੜਾ ਹੈ, ਇਹ ਕੁੱਤਾ ਹੈ, ਇਹ ਚਿੜੀ ਹੈ, ਇਹ ਕੋਇਲ ਹੈ, ਆਵਾਜ਼ ਦੱਸ ਦਿੰਦੀ ਹੈ। ਇਹਨਾਂ ਕੋਲ ਆਵਾਜ਼ ਵੀ ਆ ਗਈ। ਆਵਾਜ਼ ਤੇ ਹੈ, ਅਲਫਾਜ਼ ਨਹੀਂ ਹੈ, ਅੱਖਰ ਨਹੀਂ ਨੇ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪਕਸ਼ੀ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ। ਭੁੱਖ ਪਿਆਸ ਤੇ ਹੈ, ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨੇ। ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਅੱਖਾਂ। ਅੱਖਰਾਂ ਦੀ ਮਹਿਮਾ ਵਿੱਚ ਗੁਰੂ ਨਾਨਕ ਨੇ ਪੱਟੀ ਲਿਖੀ ਹੈ, ਆਸਾ ਮੱਲਾ ਪਹਿਲਾ ਅੱਖਰਾਂ ਦੀ ਮਹਿਮਾ, ਆਸਾ ਮੱਲਾ ਤੀਜਾ ਪੱਟੀ ਲਿਖੀ ਕਿ ਅੱਖਰ ਦੀ ਮਹਿਮਾ। ਗੁਰੂ ਅਮਰਦਾਸ ਜੀ ਦੱਸਦੇ ਨੇ,
52 ਅੱਖਰੀ ਗੌੜੀ ਮੱਲਾ, ਪੰਜਵਾਂ 52 ਅੱਖਰੀ, ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ। ਗੌੜੀ ਸ੍ਰੀ ਕਬੀਰ ਜੀ 52 ਅੱਖਰੀ, ਇੱਕ ਇੱਕ ਅੱਖਰ ਦੀ ਮਹਿਮਾ ਕਬੀਰ ਦੱਸਦੇ ਨੇ। ਮਨੁੱਖ ਕੋਲ ਅੱਖਰ ਖੋ ਲਈਏ, ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ। ਜਿੱਥੇ ਪਸ਼ੂ ਨੇ, ਮਨੁੱਖ ਉੱਥੇ ਚਲਾ ਜਾਏਗਾ। ਜੈਸੇ ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ, ਤੁਹਾਨੂੰ ਕੋਈ ਗੁੰਗਾ ਕਵੀ ਨਹੀਂ ਮਿਲੇਗਾ, ਸੰਗੀਤਕਾਰ ਨਹੀਂ ਮਿਲੇਗਾ, ਦਾਰਸ਼ਨਿਕ ਫਿਲੋਸਫਰ ਨਹੀਂ ਮਿਲੇਗਾ, ਕਲਾਕਾਰ ਨਹੀਂ ਮਿਲੇਗਾ, ਰਾਜਨੈਤਿਕ ਨਹੀਂ ਮਿਲੇਗਾ, ਸੰਤ ਵੀ ਨਹੀਂ ਮਿਲੇਗਾ, ਭਗਤ ਵੀ ਨਹੀਂ ਮਿਲੇਗਾ, ਬੋਲ ਹੀ ਨਹੀਂ ਸਕਦਾ, ਜਪ ਹੀ ਨਹੀਂ ਸਕਦਾ, ਅਕਸਰ ਗੁੰਗਾ ਬਹਿਰਾ ਵੀ ਹੁੰਦਾ। ਵਿਕਾਸ ਤੇ ਸ਼ਬਦਾਂ ਦੇ ਰਾਹੀਂ ਆਉਂਦਾ, ਉਹ ਤੇ ਕੁਝ ਸੁਣ ਹੀ ਨਹੀਂ ਸਕਦਾ, ਬੋਲ ਹੀ ਨਹੀਂ ਸਕਦਾ। ਇਸ ਵਾਸਤੇ ਮੇਰੇ ਦੇਖੇ ਅੰਧੇ ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਸਿਤ ਹੋਏ ਨੇ। ਦਾਸ ਨਾਲ ਗਾਲਬਨ 40 ਸਾਲ ਤੋਂ ਇੱਕ ਕਵੀ ਚੱਲਦਾ, ਹੁਣ ਜਰ ਢਿੱਲੇ ਸਨ ਨਹੀਂ ਆਏ, ਗਿਆਨੀ ਜੈ ਸਿੰਘ ਸ਼ੁਗਲ, ਨੇਤਰਹੀਣ ਹੈ, ਅੰਧਾ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਬਹੁਤ ਅੱਛੀਆਂ ਬਾਰੀਕ ਕਵਿਤਾਵਾਂ ਨੇ ਉਹਦੀਆਂ। ਅੰਧੇ ਮਨੁੱਖ ਮੈਂ ਚੋਟੀ ਦੇ ਸੰਗੀਤਕਾਰ ਵੀ ਦੇਖੇ, ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਦਾਸ ਦੇ ਨਾਲ ਚੱਲਦੇ ਰਹੇ, ਨੇਤਰਹੀਣ ਸਨ, ਬੜੇ ਅੱਛੇ ਗਾਇਕ ਔਰ ਕਲਾਸੀਕਲ ਸੰਗੀਤ ਦੇ ਮਾਹਿਰ। ਅੰਧੇ ਮਨੁੱਖ ਕਵੀ ਦੇਖੇ ਗਏ ਨੇ, ਕਲਾਕਾਰ ਦੇਖੇ ਗਏ ਨੇ, ਸੰਗੀਤਕਾਰ ਦੇਖੇ ਗਏ ਨੇ, ਅੰਧੇ ਮਨੁੱਖ ਰਾਜਨੈਤਿਕ ਵੀ ਦੇਖੇ ਗਏ। ਧਰਤ ਰਾਸ਼ਟਰ ਦੁਆਪਰ ਯੁੱਗ ਦੇ ਵਿੱਚ ਜਿਹਨੇ ਰਾਜਪਾਠ ਚਲਾਇਆ, ਅੰਧਾ ਸੀ ਦੁਰਯੋਧਨ ਦਾ ਪਿਤਾ, ਔਰ ਉਹਦੇ ਜੀਵਦਿਆਂ ਜੀਵ ਦੇ ਕੋਲ ਰਾਜਪਾਠ ਕਿਸੇ ਨੇ ਨਹੀਂ ਖੋਇਆ, ਬੜੀ ਮਜ਼ਬੂਤੀ ਨਾਲ ਉਸਨੇ ਰਾਜਪਾਠ ਚਲਾਇਆ। ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਅੰਧਾ ਹੈ, ਨੇਤਰਹੀਣ ਹੈ, ਮੈਂ ਤੇ ਦੇਖ ਕੇ ਦੰਗ ਰਹਿ ਗਿਆ। ਔਰ ਕਹਿੰਦੇ ਨੇ ਇੰਗਲੈਂਡ ਦੇ ਇਤਿਹਾਸ ਦੇ ਸਭ ਤੋਂ ਪਹਿਲੀ ਦਫ਼ਾ ਇੱਕ ਕਾਮਯਾਬ ਹੋਮ ਮਿਨਿਸਟਰ ਆਇਆ ਪਰ ਨੇਤਰਹੀਣ ਹੈ। ਹੈਰਾਨਗੀ ਦੀ ਗੱਲ, ਇਹ ਹੈਰਾਨਗੀ ਦੀ ਗੱਲ। ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਹੋ ਸਕਦੇ ਨੇ, ਦਾਰਸ਼ਨਿਕ ਹੋ ਸਕਦੇ ਨੇ, ਫਿਲੋਸਫਰ ਹੋ ਸਕਦੇ ਨੇ, ਕਿਉਂਕਿ ਵਿਕਾਸ ਸਾਰਾ ਅੱਖਰਾਂ ਤੇ, ਕਵੀ ਹੋ ਸਕਦੇ ਨੇ, ਸੰਗੀਤਕਾਰ ਹੋ ਸਕਦੇ ਨੇ, ਅੰਧੇ ਮਨੁੱਖ ਭਗਤ ਵੀ ਬਣਦੇ ਨੇ। ਇੱਕ ਨੇਤਰਹੀਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਹੈ ਸੂਰਦਾਸ, ਸਾਰੰਗ ਮੱਲਾ 5ਵਾਂ ਸੂਰਦਾਸ, ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ। ਛਾੜ ਮਨ ਹਰ ਬੇਮੁਖਨ ਕੋ ਸੰਗ, ਨੇਤਰਹੀਣ ਸੀ, ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ, ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ, ਅਨੁਭਵ ਦੇ ਨੇਤਰ ਦੇ ਰਾਹੀਂ। ਅੰਧੇ ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਾਸ ਕਰ ਸਕਦੇ ਨੇ, ਕਿਉਂਕਿ ਸ਼ਬਦ ਹੈ, ਬੋਲ ਹੈ, ਸਾਰਾ ਵਿਕਾਸ ਆਵਾਜ਼ ਤੇ ਹੋਇਆ, ਅਲਫਾਜ਼ਾਂ ਤੇ ਹੋਇਆ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਵਾਣ, ਅਖਰਾ ਸਿਰ ਸੰਜੋਗ ਵਖਾਣ। ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਤੇ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ, ਇਹ ਪ੍ਰਭੂ ਜਿੱਥੋਂ ਸਾਡਾ ਆਉਣਾ ਹੋਇਆ ਜਿਸ ਦਰਵਾਜ਼ੇ ਤੋਂ ਵਾਪਸੀ ਕਰਾ ਸਾਡੀ।